ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਕੇਦਾਰਨਾਥ ਦਰਸ਼ਨਾਂ ਲਈ ਗਏ ਸੀ, ਜਿੱਥੇ ਉਹਨਾਂ ਨੇ ਸਾਬਕਾ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੇ ਘਰ ਉਹਨਾਂ ਦੇ ਨਾਲ ਮੁਲਾਕਾਤ ਕੀਤੀ, ਜਿੱਥੇ ਹੋਈਆਂ ਸਾਰੀਆਂ ਗੱਲਾਂ ਬਾਰੇ ਹਰੀਸ਼ ਰਾਵਤ ਨੇ ਖੁਦ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਹੁਣ ਉਹ ਸਾਰੇ ਜਾਣੇ ਮੇਰੇ ਨਾਲ ਵੈਸੇ ਹੀ ਮੁਲਾਕਾਤ ਕਰਨ ਲਈ ਆਏ ਸੀ, ਕਿਉਂਕਿ ਪੰਜਾਬ ਕਾਂਗਰਸ 'ਚ ਸਭ ਕੁਝ ਠੀਕ ਚੱਲ ਰਿਹਾ, ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿੰਨੀਆਂ ਵੀ ਚੁਣੌਤੀਆਂ ਆ ਰਹੀਆਂ ਨੇ ਸਾਰੇ ਉਹਨਾਂ ਦਾ ਡਟ ਕੇ ਮੁਕਾਬਲਾ ਕਰ ਰਹੇ ਨੇ। ਹੋਰ ਕੀ ਜਾਣਕਾਰੀ ਦਿੱਤੀ ਹੈ ਹਰੀਸ਼ ਰਾਵਤ ਨੇ, ਆਓ ਸੁਣਦੇ ਹਾਂ। ਸਰਕਾਰ, ਪੰਜਾਬ ਕਾ ਪੂਰਾ, ਕਾਂਗਰਸ ਪ੍ਰਧਾਨ, ਸਭੀ ਲੋਕ ਯਹਾਂ ਪਹੁੰਚੇ ਥੇ, ਕੈਸੇ, ਕਿਆ ਕੁਛ ਹੈ, ਸਭ ਕੁਛ ਸੈੱਟ ਹੋ ਚੁੱਕਾ ਹੈ, ਸਹੀ ਹੈ ਸਥਿਤੀਆਂ, ਕਿਆ ਕੁਛ ਹੈ? ਕੈਮਰੇ ਮੈਨ, ਆਪਕੋ ਦਿਖਾਈ ਨਹੀਂ ਦੇ ਰਹਾ ਥਾ ਕਿ ਅਬ ਤੋ ਸਾਰੀ ਦੁਨੀਆ ਦੇਖ ਰਹੀ ਹੈ ਕਿ ਮੈਨੇ ਜਬ ਕਹਾ ਥਾ ਕਿ ਪੰਜਾਬ ਮੈਂ ਆਲ ਇਜ਼ ਵੈਲ ਨਾਓ, ਔਰ ਹਰ ਚੀਜ਼ ਜੋ ਹੈ ਰਾਸਤੇ ਪਰ ਸਮੂਥਲੀ ਚੱਲ ਰਹੀ ਹੈ, ਜੋ ਚੈਲੇਂਜ ਹੈ ਉਸ ਚੈਲੇਂਜ ਕਾ ਮੁਕਾਬਲਾ ਕਰ ਰਹੇ, ਔਰ ਮੈਂ ਕੌਨਫੀਡੈਂਟ ਹੂੰ ਯਹ ਸਥਿਤੀ ਬਣੀ ਰਹੇਗੀ, ਔਰ ਹਰੀਸ਼ ਚੌਧਰੀ ਜੋ ਹੈ ਇਸ ਮਾਮਲੇ ਮੈਂ ਮੈਂ ਇਹ ਤੋਂ ਨਹੀਂ ਕਹੂੰਗਾ ਕਿ ਮੇਰੇ ਕੁਛ ਸ਼ਿਕਾਇਤ ਹੈ, ਉਸਦੇ ਬਹੁਤ ਕੁਛ ਸੀਖਨੇ, ਜਿਸ ਨੌਜਵਾਨ ਸੇ ਸੀਖਨੇ ਕੀ ਜ਼ਰੂਰਤ ਹੈ ਉਨਮੇਂ ਸੇ ਇੱਕ ਹੈ, ਤੋ ਇਹ ਸਥਿਤੀ ਚੁਣਾਵ ਮੈਂ ਹਮਕੋ ਜੀਤ ਕੀ ਤਰਫ ਲੈ ਜਾ ਰਹੀ ਹੈ ਪੰਜਾਬ ਮੈਂ, ਔਰ ਪੰਜਾਬ ਮੈਂ ਆਪ ਦੇਖੀਏਗਾ ਕਾਂਗਰਸ ਜੀਤ। ਕੇਦਾਰਨਾਥ ਜਾਣੇ ਕਾ ਉਨਕਾ ਕਾਰਜਕ੍ਰਮ ਹੈ, ਕਿਆ ਕੁਛ ਹੈ ਸਰ? ਕੇਦਾਰ ਬਾਬਾ ਸੇ ਕੌਣ ਕਿਆ ਮੰਗ ਰਿਹਾ ਹੈ, ਉਹ ਤੋ ਸਭ ਦੇਣੇ ਵਾਲਾ ਹੈ, ਲੇਕਿਨ ਉਹ ਕੇਦਾਰਨਾਥ ਜਾਤੇ ਹੋਏ ਉਨ ਲੋਗੋਂ ਨੇ ਆਪਣੇ ਦਰਸ਼ਨ ਮੁਝਕੋ ਵੀ ਦੀਏ, ਤੋ ਮੈਂ ਉਨਕੋ ਬਹੁਤ ਧੰਨਵਾਦ ਦੇਣਾ ਚਾਹਤਾ ਹੂੰ, ਔਰ ਹਮਾਰੇ ਲਈ ਤੋ ਜੋ ਵੀ ਕੇਦਾਰ ਬਾਬਾ ਕੇ ਦਰਸ਼ਨੋਂ ਕੇ ਲਈ ਜਾਤਾ ਹੈ ਉਸਕੇ ਲੀਏ ਹਮਾਰੇ ਹਾਥ ਜੁੜੇ ਹੋਏ ਹਾਂ, ਉਸਕੋ ਬਹੁਤ ਧੰਨਵਾਦ ਦੇਤੇ ਹੈ, ਚਾਹੇ ਉਹ ਚਰਨਜੀਤ ਸਿੰਘ ਚੰਨੀ ਹੋਂ, ਨਵਜੋਤ ਸਿੰਘ ਸਿੱਧੂ ਹੋਂ, ਜਾਂ ਕੇ ਪੀ ਐੱਸ ਰਾਣਾ ਹੋਂ, ਹਮਾਰੇ ਸਪੀਕਰ ਜੋ ਹੈ ਹਰੀਸ਼ ਹੋਂ, ਮਗਰ ਜਾਂ ਨਰਿੰਦਰ ਮੋਦੀ ਜੀ ਹੋਂ, ਹਮ ਹਰ ਕਿਸੀ ਕੋ ਕਹਿਤੇ ਹੈ ਕਲ ਬਾਬਾ ਕਲਿਆਣ ਕਰਨਾ, ਔਰ ਸਭ ਕੋ ਆਗੇ ਬੜਾਨੇ ਕੀ ਇਨਕੋ ਰਾਹ ਬਤਾਨਾ।